ਖੇਤਾਂ 'ਚ ਡੁੱਲਿਆ ਹੋਇਆ ਖੂਨ ਤੇ ਲੋਕਾਂ ਦਾ ਲੱਗਿਆ ਹੋਇਆ ਇਕੱਠ। ਜ਼ਮੀਨ ਪਿੱਛੇ 2 ਦਿਨਾਂ ਦੇ ਵਿਚਾਲੇ ਤਾਬੜਤੋੜ ਗੋਲੀਆਂ ਚੱਲੀਆਂ ਨੇ, ਜਿਸ ਵਿੱਚ ਪਿਓ ਪੁੱਤ ਸਣੇ 3 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ 2 ਧਿਰਾਂ ਵਿਚਾਲੇ ਇੱਥੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਵਿਵਾਦ ਇੰਨਾ ਵੱਧ ਗਿਆ ਕਿ ਇੱਕ ਦੂਜੇ ਨੂੰ ਗੋਲੀਆਂ ਮਾਰਨ ਤੱਕ ਉਤਰ ਆਏ ਨੇ। ਖੇਤਾਂ ਦੇ ਵਿੱਚ ਖੜਿਆਂ ਨੇ ਇੱਕ ਦੂਜੇ ਨੂੰ ਗੋਲੀਆਂ ਦੇ ਨਾਲ ਭੁੰਨ ਸੁੱਟਿਆ। ਹਾਲਾਂਕਿ ਇਸ ਦੌਰਾਨ ਜਿੱਥੇ ਪਿਓ ਪੁੱਤ ਸਣੇ 3 ਵਿਅਕਤੀਆਂ ਦੀ ਮੌਤ ਹੋਈ ਹੈ ਤਾਂ 2 ਲੋਕ ਇੱਥੇ ਗੰਭੀਰ ਜ਼ਖਮੀ ਵੀ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਮਾਮਲਾ ਪਟਿਆਲਾ ਦੇ ਪਿੰਡ ਚਤਰ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਤੜਕੇ ਹੀ ਗੋਲੀਆਂ ਚੱਲੀਆਂ ਨੇ। ਫਾਇਰਿੰਗ 2 ਧਿਰਾਂ ਵਿਚਾਲੇ ਹੋਈ ਹੈ, ਜਿਨ੍ਹਾਂ ਦਾ ਆਪਸ ਦੇ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। 1 ਮਹੀਨੇ ਤੋਂ ਇਹ ਝਗੜਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਰੰਜਿਸ਼ ਰੱਖਦਿਆਂ ਹੋਇਆਂ ਦੋਨਾਂ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਸ ਦੌਰਾਨ ਪਿਓ ਪੁੱਤ ਸਣੇ 3 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਪਛਾਣ ਪਹਿਲੀ ਧਿਰ ਦੇ ਵਿੱਚੋਂ ਦਿਲਬਾਗ ਸਿੰਘ ਨਗਾਵਾ ਅਤੇ ਉਸਦਾ ਪੁੱਤਰ ਜੱਸੀ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਤੇ ਥਾਂ ਹੀ ਜਾਨ ਨਿਕਲ ਗਈ, ਜਦਕਿ 1 ਵਿਅਕਤੀ ਦੂਜੀ ਧਿਰ ਦਾ ਦੱਸਿਆ ਜਾ ਰਿਹਾ ਸਤਵਿੰਦਰ ਸਿੰਘ ਸੱਤੀ, ਜਿਸਨੂੰ ਵੀ ਗੋਲੀ ਲੱਗੀ ਤੇ ਉਸਦੀ ਵੀ ਥਾਂ ਹੀ ਜਾਨ ਨਿਕਲ ਗਈ। ਦੱਸ ਦਈਏ ਕਿ ਪਿੰਡ ਚਤਰ ਨਗਰ ਦੇ ਵਿੱਚ ਇਹ 30 ਏਕੜ ਪੈਲੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦਿਆਂ ਤਕਰਾਰ ਇੰਨੀ ਵੱਧ ਗਈ ਕਿ 1 ਮਹੀਨੇ ਤੋਂ ਇਹ ਦੋਵੇਂ ਧਿਰਾਂ ਰੰਜਿਸ਼ ਰੱਖ ਰਹੀਆਂ ਸਨ ਤੇ ਕਈ ਵਾਰ ਲੜੀਆਂ ਵੀ, ਪਰ ਇਸ ਵਾਰ ਮਾਮਲਾ ਜ਼ਿਆਦਾ ਵੱਧ ਗਿਆ ਅਤੇ ਇਹਨਾਂ ਨੇ 1 ਦੂਜੇ ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਤਵਿੰਦਰ ਸਿੰਘ ਸੱਤੀ ਖੇਤਾਂ ਦੇ ਵਿੱਚ ਪਹੁੰਚਿਆ ਤਾਂ ਦੂਜੀ ਧਿਰ ਪਹਿਲਾਂ ਹੀ ਉੱਥੇ ਮੌਜੂਦ ਸੀ ਤੇ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸਤਵਿੰਦਰ ਸੱਤੀ ਨੇ ਵੀ ਇੱਥੇ ਗੋਲੀਆਂ ਚਲਾਈਆਂ। ਹਾਲਾਂਕਿ ਇਸ ਦੌਰਾਨ 1 ਧਿਰ ਦੇ ਪਿਓ ਪੁੱਤ ਤੇ ਇੱਥੇ ਦੂਜੀ ਧਿਰ ਦਾ ਸਤਵਿੰਦਰ, ਤਿੰਨਾਂ ਦੀ ਹੀ ਗੋਲੀਆਂ ਲੱਗਣ ਨਾਲ ਥਾਂ ਹੀ ਜਾਨ ਨਿਕਲ ਗਈ ਹੈ। ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ, ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।